ਅਸਲਾਮ ਵਾਲੇਕਮ ਜੀ। ਅੱਜ ਸਵੇਰੇ ਸਵੇਰੇ ਮੈਂ ਇੱਕ ਵੀਡੀਓ ਵੇਖੀ ਹੈ ਕਿ ਜਿਹਨੇ ਸੁਬਹਾ ਸੁਬਹਾ ਹੀ ਅੱਲਾ ਦੀ ਸਹੁੰ ਗਮਗੀਨ ਕਰ ਦਿੱਤਾ। ਉਹ ਕਾਹਦੀ ਹੈ ਕਿ ਉਹ ਇੱਕ ਊਠ ਨੂੰ ਜਿਹੜਾ ਨਾ ਸਿੰਧ ਵਿੱਚ ਉਹਦੀ ਇੱਕ ਜ਼ਾਲਮ ਜਗੀਰਦਾਰ ਨੇ ਉਹਦੀ ਲੱਤ ਵੱਢ ਦਿੱਤੀ ਅਤੇ ਉਹ ਊਠ ਵਿਚਾਰਾ ਤਾਂ ਨੂੰ ਮੂੰਹ ਕਰਕੇ ਨਾ ਅਤੇ ਉਹਦੇ ਜਿਵੇਂ ਅੱਥਰੂ ਆਏ ਨੇ ਅਤੇ ਉਹ ਆਪਣੀ ਯਾਨੀ ਕਿ ਉਸ ਤਰ੍ਹਾਂ ਜਿਹਾ ਤਾਰਾ ਮਾਰਦਾ ਪਿਆ ਜਿਵੇਂ ਰੋਂਦਾ ਪਿਆ ਰੱਬ ਵੱਲ ਨੂੰ ਮੂੰਹ ਕਰਕੇ। ਉਹਦੇ ਦਰਦ ਦੀ ਕਫੀਅਤ ਹੈ ਇੱਕ ਬੇਜ਼ਬਾਨ ਨਾਲ ਜ਼ੁਲਮ ਜਿਹੜਾ ਨਾ ਉਹ ਕਿਸ ਤਰ੍ਹਾਂ ਕੀਤਾ ਗਿਆ ਸਾਰਾ ਕੁਝ ਤੁਹਾਡੇ ਸਾਹਮਣੇ ਮੈਂ ਰੱਖਣਾ ਵਾ। ਫਿਰ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਵਾਕਿਆ ਇਹ ਖੋਤੀਆਂ ਦੇ ਨਾਲ ਹੋਇਆ ਕਿ ਜਦੋਂ ਕਈ ਦੇ ਟੱਪ ਮਾਰ ਕੇ ਉਹਨਾਂ ਦੇ ਲੱਕ ਵੱਢ ਦਿੱਤੇ ਗਏ। ਉਹ ਕੀ ਸਾਰਾ ਕੁਝ ਬਣਦਾ ਚੰਦ ਗੱਲਾਂ ਤੁਹਾਡੇ ਸਾਹਮਣੇ ਰੱਖਣ ਲੱਗਾ ਵਾਂ। ਬਸ ਅੱਲਾ ਪਾਕ ਸਾਨੂੰ ਹਦਾਇਤ ਦੇਵੇ ਅਤੇ ਆਪਣਾ ਸੂਬਾ ਸਿੰਧ ਵਿੱਚ ਨਾ ਸਾਂਗੜ ਦੇ ਇਲਾਕੇ ਵਿੱਚ ਕਿਸੇ ਮਾੜੇ ਬੰਦੇ ਦਾ, ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਜ਼ਮੀਨਾਂ ਬਿਲਕੁਲ ਵਿਹਲੀਆਂ ਪਈਆਂ ਨੇ, ਕਣਕਾਂ ਸਾਂਭ ਲਈਆਂ ਨੇ ਅਤੇ ਹੁਣ ਖੇਤਾਂ ਵਿੱਚ ਕੁਝ ਵੀ ਨਹੀਂ ਇਸ ਵੇਲੇ। ਇਹ ਚਰੀ ਚੁਰੀ ਲੋਕਾਂ ਨੇ ਆਪਣੇ ਜਾਨਵਰਾਂ ਵਾਸਤੇ ਅੱਗੇ ਜਿਹੜੀ ਬੀਜੀ ਅਜੇ ਅਤੇ ਉਹ ਵੀ ਅਜੇ ਕੋਈ ਛੋਟੀ ਹੈ, ਕੋਈ ਬਹੁਤ ਵੱਡੀ ਨਹੀਂ ਹੋ ਗਈ। ਉੱਥੇ ਕਿਸੇ ਮਾੜੇ ਬੰਦੇ ਦਾ ਨਾ ਊਠ ਕਿਤੇ ਉਹਨੇ ਬਾਹਰ ਚਾਰਨ ਵਾਸਤੇ ਛੱਡਿਆ ਹੋਏਗਾ ਕਿ ਜਿਹੜਾ ਉਹ ਉੱਥੋਂ ਦੇ ਚੌਧਰੀ ਵਡੇਰੇ ਜਗੀਰਦਾਰ ਦੀ ਪੈਲੀ ਵਿੱਚ ਟੁੱਟ ਜਾਂਦਾ। ਉੱਥੋਂ ਕੋਈ ਚਾਰ ਮੂੰਹ ਉਹਨੇ ਵਿਚਾਰੇ ਨੇ ਮਾਰ ਲਏ। ਬਸ ਫਿਰ ਉਹ ਜਗੀਰਦਾਰ ਨੂੰ ਤਪ ਚੜ੍ਹ ਗਈ। ਉਹਦਾ ਜਿਹੜਾ ਦਰਿੰਦਾ ਭੇੜੀਆ ਜਿਹੜਾ ਨਾ ਜੱਲਾਦ ਉਹ ਬਾਹਰ ਆ ਗਿਆ। ਉਹਨੇ ਆਪਣੇ ਆਪਣੇ ਜਿਹੜੇ ਉਹ ਕਾਮੇ ਹੁੰਦੇ ਨੇ ਉਹਨਾਂ ਦੇ ਨਾਲ ਰਲ ਕੇ ਪਹਿਲੇ ਤਾਂ ਮਾਰਿਆ ਕੁੱਟਿਆ ਉਹਨੂੰ ਜਾਨਵਰ ਨੂੰ, ਫਿਰ ਉਹਦੀ ਇੱਕ ਲੱਤ ਵੱਢ ਦਿੱਤੀ। ਖੁਦਾ ਤੋਂ ਡਰਨਾ ਚਾਹੀਦਾ, ਕੀ ਹੈ ਜੇ ਚਾਰ ਪੱਤਰ ਉਹਨੇ ਤੇਰੀ ਪੈਲੀ ਦੇ ਵਿੱਚੋਂ ਮੂੰਹ ਮਾਰ ਲਿਆ ਸੀ। ਅੱਛਾ ਮੈਂ ਤੁਹਾਨੂੰ ਇਹਦੇ ਰਿਲੇਟਡ ਇੱਕ ਗੱਲ ਸੁਣਾਵਾਂ ਕਿ ਸਾਡੇ ਇੱਧਰ ਨਾ ਸਾਡੇ ਅੱਬੂ ਹੋਰ ਚਾਚੇ ਹੋਰੀ ਦੱਸਦੇ ਨੇ ਕਿ ਇੱਕ ਘਰ ਹੈ, ਉਹਨਾਂ ਨੂੰ ਲੋਕ ਕਹਿੰਦੇ ਨੇ ਅੰਨੇ, ਅੰਨਿਆਂ ਦਾ ਘਰ ਹੈ। ਅੰਨੇ ਨਹੀਂ ਹੈ, ਨਜ਼ਰਾਂ ਉਹਨਾਂ ਦੀਆਂ ਬਿਲਕੁਲ ਠੀਕ ਨੇ, ਸਾਰਾ ਕੁਝ ਸਹੀ। ਕਿਉਂ ਆਖਿਆ ਜਾਂਦਾ ਅੰਨੇ ਵਾਲਾ? ਕਿਉਂਕਿ ਉਹਨਾਂ ਦੀ ਜ਼ਮੀਨ ਪਤਾ ਨਹੀਂ ਕੋਈ ਮਰੱਬੇ ਦੇ ਲਾਗੇ ਲਾਗੇ ਹੋਏ। ਉਹ ਕੀ ਕਰਦੇ ਨੇ ਕਿ ਕਿਸੇ ਬੰਦੇ ਦਾ ਵੀ ਪਿੰਡ ਦੇ ਵਿੱਚੋਂ, ਹਾਲਾਂਕਿ ਚੌਧਰੀ ਵਡੇਰੇ ਉਹ ਵੀ ਜਾਗੀਰਦਾਰ ਨੇ, ਹੈਂ ਮਰੱਬਾ ਜ਼ਮੀਨ ਪਿੰਡਾਂ ਥਾਵਾਂ 'ਚ ਹੋਣੀ ਕੋਈ ਛੋਟੀ ਗੱਲ ਹੈ ਸੋਹਣੀ? ਕਿਸੇ ਬੰਦੇ ਦਾ ਵੀ ਜਾਨਵਰ, ਮਾਝੇ, ਗਾਂ, ਬੱਕਰੀਆਂ, ਭੇਡਾਂ, ਖੋਤੀਆਂ, ਜੋ ਵੀ ਆਉਂਦਿਆਂ ਜਾਂਦਿਆਂ ਵਿੱਚੋਂ ਦੀ ਪਈ ਲੰਘੇ, ਖਾਏ, ਵਿੱਚ ਲੱਗੀ ਰਹੇ, ਚਾਹੇ ਫਸਲ ਪੱਕੀ ਵੀ ਕਿਉਂ ਨਹੀਂ ਖਾਂਦੀ ਹੈ ਨਾ ਭਾਈ, ਉਹਨਾਂ ਨੇ ਮੋੜਨਾ ਨਹੀਂ ਅਤੇ ਨਾ ਹੀ ਉਸ ਬੰਦੇ ਨੂੰ ਆਖਣਾ ਜਿਹਦੀ ਹੈ, ਨਾ ਅਲਾਮਾ ਦੇਣਾ। ਇਸ ਵਾਸਤੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਨੇ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਏ ਤਾਂ ਉਹ ਕਹਿੰਦੇ ਨੇ ਕਿ ਯਾਰ ਇਹ ਰੱਬ ਦੀ ਹੋਈ ਜ਼ਮੀਨ, ਅਤੇ ਜੇ ਜਾਨਵਰ ਬੇਜ਼ਬਾਨ ਮੂੰਹ ਮਾਰ ਲਏਗਾ ਤਾਂ ਰੱਬ ਹੋਰ ਦਏਗਾ। ਯਾਨੀ ਕਿ ਉਹਨਾਂ ਕਦੇ ਕਿਸੇ ਨੂੰ ਠਾਕਿਆ ਹੀ ਨਹੀਂ, ਇਸ ਵਾਸਤੇ ਉਹਨਾਂ ਨੂੰ ਅੰਨੇ ਆਖਿਆ ਜਾਂਦਾ। ਅਤੇ ਫਿਰ ਉਹਨਾਂ ਦੀ ਫਸਲ ਵੀ ਜ਼ਮਾਨੇ ਤੋਂ ਬਹੁਤੀ ਉਹਨਾਂ ਦੀ ਫਸਲ ਹੁੰਦੀ। ਜਿਹੜੇ ਚਿੜੀਆਂ ਕਾਂ ਚੁੱਕ ਜਾਂਦੇ ਨੇ ਆਪਣਾ ਹਿੱਸਾ ਖਾ ਕੇ ਜਾਂਦੇ ਨੇ, ਰੱਬ ਤੁਹਾਨੂੰ ਹੋਰ ਅਤਾ ਕਰਦਾ। ਅਤੇ ਜੇ ਉਹ ਬੇਜ਼ਬਾਨ ਨੇ ਚਾਰ ਮੂੰਹ ਮਾਰ ਲਏ ਸਨ ਅਤੇ ਇਸ ਜਗੀਰਦਾਰ ਨੂੰ ਹਈਆ ਨਹੀਂ, ਕਾਹਦਾ ਜਗੀਰਦਾਰ ਹੈ, ਕਾਹਦਾ ਵਡੇਰਾ, ਕਾਹਦਾ ਉਹ ਪੈਸੇ ਧੇਲੇ ਵਾਲਾ, ਕਾਹਦੀ ਜ਼ਮੀਨ ਜਾਇਦਾਦਾਂ ਵਾਲਾ, ਕਿ ਦਿਲ ਤਾਂ ਨਾ ਅੰਦਰ ਹੋਇਆ ਮਾਸਾ ਵੀ ਕਿ ਇੱਕ ਜਾਨਵਰ ਨੇ ਉਹ ਪਤਾ ਨਹੀਂ ਇਸ ਤਰ੍ਹਾਂ ਦਾ ਕੋਈ ਮਾਮਲਾ ਕਹਿੰਦੇ ਨੇ ਕਿ ਹਜ਼ਰਤ ਸਾਲੇ ਅਲੈਹਿ ਸਲਾਤੁ ਵਸਲਾਮ ਉਹਨਾਂ ਦੀ ਊਠਣੀ ਦੇ ਨਾਲ ਉਹਨਾਂ ਦੀ ਕੌਮ ਨੇ ਵੀ ਕੀਤਾ ਸੀ ਤਾਂ ਪੂਰੀ ਕੌਮ 'ਤੇ ਅਜ਼ਾਬ ਆ ਗਿਆ ਸੀ। ਰੱਬ ਤੋਂ ਡਰਨਾ ਚਾਹੀਦਾ ਇਹੋ ਜਿਹੇ ਮਾਮਲਾਤ ਕਰਨ ਤੋਂ ਪਹਿਲੇ। ਮੈਂ ਸੋਚ ਰਹਾ ਵਾਂ ਕਿ
ਯਕੀਨ ਮੰਨੋ ਸਾਡੇ ਪੈਰਾਂ ਹੇਠ ਕਿਤੇ ਕੋਈ ਕੀੜੀ ਵੀ ਆ ਜਾਏ ਨਾ, ਯਾਨੀ ਕਿ ਸਾਨੂੰ ਪਤਾ ਲੱਗ ਜਾਏ ਕਿ ਸਾਡੀ ਵਜ੍ਹਾ ਤੋਂ ਮਰ ਗਈ ਹੈ। ਅਤੇ ਇਸ ਤਰ੍ਹਾਂ ਜਿਵੇਂ ਦੋ ਚਾਰ ਦਿਨ ਦਿਲ ਨੂੰ ਇੱਕ ਤਕਲੀਫ ਜੀ ਹੁੰਦੀ ਰਹਿੰਦੀ। ਪਤਾ ਨਹੀਂ ਇਹ ਕੈਸੇ ਲੋਕ ਨੇ ਕਿ ਇਹਨਾਂ ਵਿੱਚ ਇਨਸਾਨੀਅਤ, ਰੱਬ ਦਾ ਖੌਫ ਹੀ ਮਰ ਗਿਆ ਹੈ ਹੀ ਨਹੀਂ। ਕਿਹਾ ਹੋਇਆ ਇਹੋ ਜਿਹੇ ਲੋਕਾਂ ਨੂੰ, ਇਨਸਾਨਾਂ ਨੂੰ ਲੋਕ ਵੱਢੀ ਜਾਂਦੇ ਨੇ। ਫਿਰ ਆਏ ਦਿਨ ਅਸੀਂ ਖ਼ਬਰਾਂ 'ਚ ਵੇਖਦੇ ਹਾਂ ਕਿਸੇ ਨੇ ਆਪਣੇ ਖਾਨਦਾਨ ਦੇ ਬੱਚਿਆਂ ਨੂੰ ਵੱਢਤਾ, ਕਿਸੇ ਨੇ ਭੈਣਾਂ ਭਰਾਵਾਂ ਨੂੰ ਵੱਢਤਾ, ਮਾਂ ਪਿਓ ਨੂੰ ਵੱਢਤਾ। ਰੱਬ ਜਾਣੇ ਉਹਨਾਂ ਦੇ ਦਿਲਾਂ ਵਿੱਚ ਕਿੰਨੀ ਕੁ ਸਖਤੀ, ਕੀ ਪੱਥਰ ਨੇ ਦਿਲ ਕਾਦੇ ਹੋਏ। ਫਿਰ ਇਨਸਾਨੀਅਤ ਮਰ ਜਾਏ ਤਾਂ ਬੰਦਾ ਇਨਸਾਨ ਕਾਦਾ ਰਹਿੰਦਾ, ਕੋਈ ਇਨਸਾਨ ਨਹੀਂ ਹੋ। ਅਤੇ ਇਹ ਇਨਸਾਨਾਂ ਵਾਲੀ ਹਰਕਤ ਜਿਹੜੀ ਆ ਸੰਗੜ ਦੇ ਚੌਧਰੀ ਵਡੇਰੇ ਨੇ ਕੀਤੀ। ਮੈਂ ਅੱਲਾ ਪਾਕ ਦੀ ਕਸਮ, ਮੈਂ ਉਹ ਜਦੋਂ ਊਠ ਨੂੰ ਤਾਂ ਨੂੰ ਮੂੰਹ ਕਰਕੇ ਰੋਂਦਿਆਂ ਵੇਖਿਆ ਤੇ ਮੇਰਾ ਇੱਕ ਦਿਲ ਨੂੰ ਰੁੱਗ ਭਰਿਆ ਗਿਆ ਕਿ ਅਗਰ ਉਹ ਊਠ ਜਿਹੜਾ ਰੱਬ ਦੇ ਸਾਹਮਣੇ ਬਦਦੁਆ ਕਰਦਾ ਤਾਂ ਕੀ ਬਣੇਗਾ, ਪੂਰੀ ਕੌਮ ਦਾ ਕੀ ਬਣੇਗਾ। ਖੁਦਾਰਾ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਡਰਨਾ ਚਾਹੀਦਾ, ਕੁਝ ਨਹੀਂ ਹੁੰਦਾ। ਦੋ ਚਾਰ ਮੂੰਹ ਫਸਲ ਨੂੰ ਮਾਰ ਲਏਗਾ ਨਾ ਜਾਨਵਰ ਤੇ ਨਹੀਂ ਤੁਹਾਡੀ ਘੱਟ ਜਾਂਦੀ ਕਿਤੇ। ਫਿਰ ਉਹ ਦਿੰਦਿਆਂ ਨੂੰ ਰੱਬ ਦਿੰਦਾ। ਸਾਡੇ ਪਿੰਡ ਇਸ ਤਰ੍ਹਾਂ ਵਾਕਿਆ ਹੋਇਆ ਕਿ ਜਿਵੇਂ ਆਹ ਹੁਣ ਵਹਿੰਦੇ ਹੋ ਕਿ ਜ਼ਮੀਨਾਂ ਵਿਹਲੀਆਂ ਨੇ ਤੇ ਅੱਜ ਕੱਲ੍ਹ ਅਕਸਰ ਜਿਹੜਾ ਨਾ ਖੋਤੀਆਂ ਲੋਕ ਗਦੀਆਂ ਉਹ ਛੱਡ ਛੱਡਦੇ ਨੇ ਕਿ ਚਲੋ ਇਹ ਜਿਹੜੇ ਕਣਕਾਂ ਨੇ ਨਾ ਤੇ ਦਾਣੇ ਸਿੱਟੇ ਪਏ ਹੁੰਦੇ ਨੇ ਉਹ ਖਾਂਦੀਆਂ ਖੁੰਦੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਕੁਝ ਹੋਇਆ ਕਿ ਦੋ ਚਾਰ ਖੋਤੀਆਂ ਹਰ ਪਿੰਡ ਵਿੱਚ ਹੀ, ਹਰ ਪਿੰਡ ਜਾਂ ਬਲਕਿ ਆ ਸਾਡਾ ਨਾਲ ਹੀ ਇੱਥੇ ਪਿੰਡ ਹੈ ਚੜ੍ਹਦੇ ਵੱਲ, ਉੱਥੇ ਪਿਛਲੇ ਦਿਨੋਂ ਐਲਾਨ ਹੋਣ ਡਿਆ ਸੀ ਖੋਤੀਆਂ ਬੰਨੀਆਂ, ਉਹ ਵੀ ਕਿਸੇ ਦੇ ਚਰੀ ਚੁਰੀ ਜਿਹੜੇ ਕੋਈ ਪੱਠੇ ਪੁੱਠੇ ਬੀਜੇ ਹੁੰਦੇ ਵਿੱਚ ਜਾਵੜੀਆਂ, ਉਹਨੇ ਮਸੀਤੇ ਜਾ ਐਲਾਨ ਕੀਤਾ ਕਿ ਜਿਹਦੀਆਂ ਵੀ ਕੁੜੀਆਂ ਨੇ ਨਾ ਇਹਨਾਂ ਨੂੰ ਬੰਨ ਲਵੋ। ਹੈਂ, ਇਸ ਤਰ੍ਹਾਂ ਦਾ ਵੀ ਜਿਹੜਾ ਨਾ ਨਹੀਂ ਮੁਨਾਸਬ ਨਹੀਂ ਲੱਗਦਾ, ਬੜਾ ਉਹ ਅਜੀਬ ਜਿਹੜਾ ਨਾ ਉਹ ਦੋ ਚਾਰ ਪਿੰਡਾਂ ਵਿੱਚ ਅਜੇ ਵੀ ਲੋਕ ਆਉਂਦੇ ਨੇ ਯਾਰ ਕੈਸਾ ਬੰਦਾ ਜਿਹਨੇ ਐਲਾਨ ਕੀਤਾ ਕਿ ਆਪਣੀਆਂ ਕੁੜੀਆਂ ਬੰਨ ਲਵੋ। ਸਾਡੇ ਪਿੰਡ ਕੀ ਹੁੰਦਾ ਕਿ ਦੋ ਚਾਰ ਖੋਤੀਆਂ ਐਵੇਂ ਪਈਆਂ ਕਿਸੇ ਦੀ ਹਵੇਲੀ ਜਾ ਕੇ ਨਾ ਤੇ ਉਹ ਡੰਗਰਾਂ ਦੇ ਅੱਗੇ ਪੱਠੇ ਜਿਹੜੇ ਖੁਰਲੀ 'ਚ ਪਾਏ ਹੁੰਦੇ ਨੇ ਉਹ ਕਿਤੇ ਉਹ ਖਾਣ ਲੱਗ ਪਈਆਂ। ਚਲੋ ਜੀ, ਉਹ ਦੂਜੇ ਦਿਨ ਵੀ ਗਾਲ ਬਣੇ ਹੀ ਹੋਇਆ ਹੋਏਗਾ, ਪਹਿਲੇ ਦਿਨ ਤਾਂ ਖੈਰ ਨਹੀਂ ਨਾ ਕੋਈ ਵੀ ਕਰਦਾ, ਦੂਜੇ ਤੀਜੇ ਦਿਨ ਵੀ ਹੋਇਆ ਹੋਏਗਾ। ਬਜਾਏ ਇਸਦੇ ਕਿ ਜਿਨ੍ਹਾਂ ਦੀਆਂ ਖੋਤੀਆਂ ਨੇ ਉਹਨਾਂ ਨੂੰ ਉਹ ਕਹਿੰਦਾ ਲਾਮਾ ਦਿੰਦਾ ਕਿ ਯਾਰ ਇਹਨਾਂ ਨੂੰ ਬੰਨ ਲਓ, ਉਹਨੇ ਕੀ ਕੀਤਾ ਕਿ ਉਹਨਾਂ ਬੇਜ਼ਬਾਨਾਂ 'ਤੇ ਵਸਦਾ ਚੱਲਿਆ, ਅੰਦਰੋਂ ਉਹ ਲੈ ਕੇ ਨਾ ਆਪਣਾ ਕਹੀ ਤੇ ਉਹਨੇ ਜਿਹੜਾ ਵੀ ਉਹ ਦੋ ਤਿੰਨ ਖੋਤੀਆਂ ਜਿਹੜੀਆਂ ਨੇ ਉਹ ਬਲਕਿ ਤਿੰਨ ਖੋਤੀਆਂ ਉਹਨੇ ਵੱਢ ਦਿੱਤੀਆਂ ਉਹਨਾਂ ਦੇ ਲੱਕ ਦੇ ਵਿੱਚ ਨਾ ਕੰਡ ਦੇ ਉੱਤੇ ਆਸਰਾ ਟੱਪ ਮਾਰੇ। ਦੋ ਤਾਂ ਉਹਨਾਂ ਵਿੱਚੋਂ ਵਿਚਾਰੇ ਕੋਈ ਦੋ ਤਿੰਨਾਂ ਦਿਨਾਂ ਦੇ ਵਿੱਚ ਜਿਹੜਾ ਨਾ ਉਹ ਮਰ ਗਈਆਂ, ਰੋਂਦੀਆਂ ਕਰਲਾਂਦੀਆਂ ਮਰ ਗਈਆਂ। ਇੱਕ ਜਿਹੜੀ ਉਹ ਵਾਧੂ ਫਿਰ ਉਹਨਾਂ ਨੇ ਇਲਾਜ ਇਲੂਜ ਕਰਾਇਆ ਤੋਂ ਖੈਰ ਉਹ ਠੀਕ ਹੈ ਹੁਣ। ਅੱਜ ਵੀ ਸਾਡੇ ਪਿੰਡ ਵਿੱਚ ਹੈ ਚੰਦ, ਬਲਕਿ ਡੇਢ ਜਾਂ ਦੋ ਸਾਲ ਪਹਿਲੇ ਦਾ ਵਾਕਿਆ, ਅੱਜ ਵੀ ਅੱਲਾ ਦੀ ਸਹੁੰ ਜਦੋਂ ਅਸੀਂ ਉਹ ਯਾਦ ਕਰਦੇ ਹਾਂ ਤੇ ਪਿੰਡ 'ਚ ਗੱਲਾਂ ਕਰਦੇ ਤੇ ਲੋਕ ਆਉਂਦੇ ਨੇ ਕਿ ਜਿਹੜੇ ਬੰਦੇ ਨੇ ਕੰਮ ਕੀਤਾ ਨਾ ਉਹ ਜ਼ੁਲਮ ਜਿਹੜਾ ਕੀਤਾ ਉਹ ਮਰਨ ਤੋਂ ਪਹਿਲੇ ਭੋਗ ਕੇ ਜਾਏਗਾ। ਦੁਨੀਆਂ ਨੂੰ ਅੱਜ ਤੱਕ ਲੁਕਿਆ ਛੁਪਿਆ ਪਤਾ ਨਹੀਂ ਕੌਣ, ਪਤਾ ਨਹੀਂ ਚੱਲ ਸਕਿਆ ਕਿਹੜਾ ਕਿਸੇ ਨੇ ਨਾਲੇ ਕੋਈ ਕੇਸ ਕੂਸ ਕਰਾਇਆ। ਇਹੋ ਇੱਕ ਮੱਝ ਗਾਂ ਹੁੰਦੇ ਤੇ ਆਪੇ ਲੋਕ ਗਾਂ ਵੀ ਅੱਪੜ ਜਾਂਦੇ, ਥਾਣੇ ਵੀ ਜਾਂਦੇ, ਲੇਕਿਨ ਖੋਤੀਆਂ ਨੇ ਵਿਚਾਰੀਆਂ ਉਹਨਾਂ ਦਾ ਵੈਸੇ ਕੋਈ ਵਾਲੀ ਵਾਰਸ ਨਹੀਂ ਹੁੰਦਾ। ਹਾਂਜੀ, ਤੋ ਇਸ ਤਰ੍ਹਾਂ ਦਾ ਜ਼ੁਲਮ ਜਿਹੜਾ ਨਾ ਬੰਦੇ ਨੂੰ ਨਹੀਂ ਕਰਨਾ ਬੇਜ਼ਬਾਨਾਂ 'ਤੇ ਚਾਹੀਦਾ। ਆਖਰ ਉਹਨਾਂ ਦੇ ਵਿੱਚ ਵੀ ਜਾਨ ਹੈ, ਉਹ ਵੀ ਯਾਨੀ ਕਿ ਇਨਸਾਨਾਂ ਵਾਸਤੇ ਅੱਲਾ ਪਾਕ ਨੇ ਸਾਰੀਆਂ ਬਾਕੀ ਮਖਲੂਕਾਤਾਂ ਵੀ ਪੈਦਾ ਕੀਤੀਆਂ ਨੇ। ਅਤੇ ਯਾਰ ਤੁਸੀਂ ਬਜਾਏ ਇਸਦੇ ਕਿ ਤੁਸੀਂ ਉਹਨਾਂ ਨੂੰ ਸੁੱਖ ਦਿਓ ਤੇ ਤੁਸੀਂ ਇਹੋ ਜਿਹੇ ਜ਼ੁਲਮ ਕਰਨ ਬਹਿ ਜਾਂਦੇ ਹੋ, ਲੱਤ ਵੱਢ ਦੇਣੀ, ਕੰਡਾਂ ਵੱਢ ਦੇਣੀਆਂ। ਖੁਦਾਰਾ ਡਰੋ ਰੱਬ ਤੋਂ
ਮਰ ਜਾਣਾ, ਕਿਸੇ ਨੇ ਇੱਥੇ ਬਹਿ ਰਹਿਣਾ, ਇਹ ਜ਼ਮੀਨ ਜਾਇਦਾਦਾਂ ਫਸਲਾਂ ਸਾਰਾ ਕੁਝ ਇੱਥੇ ਹੀ ਪਿਆ ਰਹਿ ਜਾਣਾ। ਤੇ ਡਰੋ ਇਹਨਾਂ ਜਾਨਵਰਾਂ ਬੇਜ਼ਬਾਨਾਂ ਦੀਆਂ ਬਦਦੁਆਵਾਂ ਤੋਂ, ਅੱਲਾ ਇਹਨਾਂ ਦੀਆਂ ਵੀ ਸੁਣਦਾ ਹੈ।